ਪਹਿਲਾਂ ਜਦੋਂ ਪੋਸਟਰ ਆਇਆ ਸੀਗਾ ਸਾਨੂੰ ਇੱਦਾਂ ਲੱਗਾ ਕਿ ਇੱਕ ਰੋਮੈਂਟਿਕ ਫਿਲਮ ਹੈ, ਜਸਟ ਇੱਕ ਰੋਮੈਂਟਿਕ ਫਿਲਮ ਹੈ, ਬਟ ਟ੍ਰੇਲਰ ਤੋਂ ਬਾਅਦ ਬਹੁਤ ਸਾਰੇ ਇਮੋਸ਼ਨਸ ਨਿਕਲ ਕੇ ਬਾਹਰ ਆਏ। ਅਨਾਥ ਬੱਚਿਆਂ ਬੱਚੀਆਂ ਦਾ, ਬੇਸਿਕਲੀ ਬੱਚੀਆਂ ਨਾਲ ਉਹਨਾਂ ਦੇ ਦਿਲ 'ਤੇ ਕੀ ਬੀਤਦੀ ਆ, ਉਹ ਕਿਵੇਂ ਉੱਥੇ ਆਪਣੇ ਮਾਂ ਬਾਪ ਤੋਂ ਬਿਨਾਂ ਰਹਿੰਦੀਆਂ ਨੇ, ਮਤਲਬ ਉਹ ਸਾਰਾ ਮਾਹੌਲ ਉੱਥੇ ਉਹ ਕ੍ਰੀਏਟ ਕੀਤਾ ਹੋਇਆ। ਜਦੋਂ ਅਸੀਂ ਸ਼ੂਟ ਕਰਦੇ ਸੀ ਸਾਨੂੰ ਕਦੀ ਲੱਗਦਾ ਹੀ ਨਹੀਂ ਹੁੰਦਾ ਸੀਗਾ ਕਿ ਅਸੀਂ ਇਹ ਸ਼ੂਟ ਕਰ ਰਹੇ ਹਾਂ, ਸਾਨੂੰ ਲੱਗਦਾ ਹੁੰਦਾ ਸੀ ਮੈਂ ਤਾਂ ਆਪਣੇ ਕਰੈਕਟਰ ਨੂੰ ਇੱਦਾਂ ਹੀ ਢਾਲਿਆ ਹੋਇਆ ਸੀਗਾ ਕਿ ਮੈਂ ਤਾਂ ਇੱਥੇ ਹੀ ਰਹਿੰਦੀ ਹਾਂ, ਮੈਂ ਤਾਂ ਮੇਰਾ ਅਨਾਥ ਆਸ਼ਰਮ ਹੈ, ਇਹਨੂੰ ਦੇਖ ਰੇਖ ਸਾਰੀ ਬੱਚੀਆਂ ਦੀ ਦੇਖ ਰੇਖ ਸਾਰੀ ਮੈਂ ਹੀ ਕਰਨੀ ਹੈ। ਸੋ ਮੈਂ ਜਾਨਵੀਰ ਦੇ ਸਿਰਫ ਅੱਖਾਂ 'ਚ ਦੇਖਿਆ, ਉਹ ਇੱਕ ਅੰਦਰੋਂ ਜਿਹੜੇ ਇਮੋਸ਼ਨਸ ਆਉਂਦੇ ਆ ਉਹਦੇ ਅੱਖਾਂ 'ਚ ਦੇਖਣ ਨਾਲ ਹੀ ਉਹਨੂੰ ਉਹ ਫੀਲ ਆਇਆ। ਕਹਿੰਦੇ ਜਾਨਵੀਰ ਕਹਿੰਦੀ ਮੈਮ ਮੈਨੂੰ ਤਾਂ ਐਵੇਂ ਕੁਛ ਹੋਇਆ ਸੀਗਾ ਨਾ, ਮੈਂ ਕਿਹਾ ਉਹੀ ਹੈ ਇੰਟਰੈਕਟ ਹੈ, ਜੇ ਅਸੀਂ ਇੱਕ ਦੂਜੇ ਨਾਲ ਉਸ ਇਮੋਸ਼ਨ ਦੇ ਵਿੱਚ ਕਰਾਂਗੇ, ਜਿਵੇਂ ਆਪਾਂ ਜਿਸ ਨੂੰ ਜਿਸ ਵਾਈਬ ਨਾਲ ਦੇਖਾਂਗੇ ਉਹੀ ਵਾਈਬ ਆਊਗੀ। ਅਸੀਂ ਇੰਨਾ ਰੋਏ ਸੀ, ਸਾਰੇ ਜਣੇ ਇੰਨਾ ਰੋਏ ਸੀ, ਰਿਸ਼ੀ ਮੈਮ ਇੰਨਾ ਰੋਏ, ਮਤਲਬ ਸਾਰੇ ਰੋਏ, ਸਾਰਾ ਸੈੱਟ ਹੀ ਰੋ ਰਿਹਾ ਸੀਗਾ, ਮਤਲਬ ਉਹ ਕੁਛ ਇੰਨਾ ਅੰਦਰੋਂ ਹੀ ਆ ਰਿਹਾ ਸੀ ਸਾਰਾ ਕੁਛ ਕਿ ਸਾਡੀ ਉਹ ਕੁੜੀ ਜਾ ਰਹੀ ਹੈ, ਸਾਨੂੰ ਲੱਗ ਰਿਹਾ ਸੀਗਾ। ਕਿਤੇ ਇੱਦਾਂ ਗੱਲ ਹੁੰਦੀ ਹੈ ਨਾ ਪਿਆਰ ਮੁਹੱਬਤ ਦੀ, ਵਿਆਹ ਦੀ, ਤਾਂ ਮੁੰਡੇ ਨੂੰ ਇੰਨਾ ਜ਼ਿਆਦਾ ਜੱਜ ਨਹੀਂ ਕੀਤਾ ਜਾਂਦਾ, ਪਰ ਕੁੜੀ ਨੂੰ ਬੜੀ ਛੇਤੀ ਜੱਜ ਕਰ ਲਿਆ ਜਾਂਦਾ ਹੈ। ਡੂ ਯੂ ਫੀਲ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਪੇਰੈਂਟਸ ਦੇ ਦਿਮਾਗ ਵਿੱਚ ਅੱਜ ਵੀ ਨੇ ਜੋ ਸਾਨੂੰ ਕਿਤੇ ਨਾ ਕਿਤੇ ਮੂਵੀ ਦੇ ਵਿੱਚ ਵੀ ਦੇਖਣ ਨੂੰ ਮਿਲਿਆ? ਮੈਂ ਨਾ ਕਈ ਵਾਰੀ ਸੋਚਦੀ ਹੁੰਦੀ ਹਾਂ ਕਿ ਔਰਤ ਹੋਣਾ, ਕੁੜੀ ਹੋਣਾ, ਕਈ ਵਾਰੀ ਐਂ ਲੱਗਦਾ ਹੁੰਦਾ ਵੀ ਕਿਉਂ ਹੋਏ, ਹੈ ਨਾ, ਕਿਉਂ ਬਣੇ, ਮਤਲਬ ਕਈ ਵਾਰੀ ਕਿਸੇ ਦੀਆਂ ਨਜ਼ਰਾਂ ਵੀ ਇੱਦਾਂ ਦੀਆਂ ਆਉਂਦੀਆਂ ਨੇ ਕਿ ਸਾਨੂੰ ਨਜ਼ਰਾਂ ਤੋਂ ਵੀ ਚਿੜ ਹੁੰਦੀ ਆ ਵੀ ਇੱਦਾਂ ਕਿਉਂ ਦੇਖਿਆ। ਮਾਈ ਪੰਜਾਬੀ ਟੀ ਵੀ ਦੇਖ ਰਹੇ ਹੋ ਤੁਸੀਂ, ਦਿਸ ਇਜ਼ ਮੀ ਸਿਮਰਨ। ਅੱਜ ਅੱਲੜ ਵਰੇਜ਼ ਫਿਲਮ ਦੇ ਟ੍ਰੇਲਰ ਲਾਂਚ ਦੇ ਉੱਤੇ ਅਸੀਂ ਪਹੁੰਚੇ ਸੀਗੇ ਅਤੇ ਮੇਰੇ ਨਾਲ ਨਹੀਂ ਰਾਜ ਧਾਰੀਵਾਲ ਮੈਮ, ਬਹੁਤ ਹੀ ਸੋਹਣਾ ਕਿਰਦਾਰ ਇੱਕ ਉਹਨਾਂ ਨੇ ਨਿਭਾਇਆ। ਸੋ ਉਹਨਾਂ ਦੇ ਕਿਰਦਾਰ ਦੇ ਬਾਰੇ ਹੋਰ ਕਿਹੜੀਆਂ ਖਾਸ ਗੱਲਾਂ ਨੇ ਫਿਲਮ ਦੇ ਵਿੱਚ, ਸਾਨੂੰ ਹੋਰ ਕਿਹੜੇ ਕਿਹੜੇ ਇਮੋਸ਼ਨਸ ਦੇਖਣ ਨੂੰ ਮਿਲਣਗੇ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕਿਵੇਂ ਹੋ? ਮੈਂ ਠੀਕ ਹਾਂ, ਤੁਸੀਂ? ਥੈਂਕ ਯੂ ਸੋ ਮੱਚ। ਉੱਧਰ ਖੜੇ ਸੀ, ਮੈਂ ਤਾਂ ਵੀ ਦੇਖ ਰਹੀ ਸੀ। ਥੈਂਕ ਯੂ ਸੋ ਮੱਚ ਜੀ। ਬਿਲਕੁਲ, ਔਰ ਮੈਨੂੰ ਲੱਗਦਾ ਕਿ ਜਦੋਂ ਕੁੜੀ ਕਿਸੇ ਕੁੜੀ ਨੂੰ ਕੰਪਲੀਮੈਂਟ ਦਿੰਦੀ ਹੈ ਨਾ ਤਾਂ ਜ਼ਿਆਦਾ ਵਧੀਆ ਲੱਗਦਾ, ਸੋ ਮੈਨੂੰ ਬਹੁਤ ਵਧੀਆ ਲੱਗਾ। ਐਂਡ ਤੁਹਾਡੇ ਜੋ ਕਿਰਦਾਰ ਹੁੰਦੇ ਨੇ ਮੈਂ ਉਹਦੇ ਬਾਰੇ ਤੁਹਾਨੂੰ ਕੰਪਲੀਮੈਂਟ ਦੇਣਾ ਚਾਹਾਂਗੀ। ਕਿੱਦਾਂ ਦਾ ਵੀ ਕਿਰਦਾਰ ਹੁੰਦਾ, ਚਾਹੇ ਪੋਜ਼ਿਟਿਵ ਹੋਏ ਚਾਹੇ ਨੈਗੇਟਿਵ ਹੋਏ, ਤੁਸੀਂ ਬਾਖੂਬੀ ਨਿਭਾਉਂਦੇ ਹੋ ਉਹਨੂੰ, ਸੋ ਤੁਹਾਡੇ ਵਾਸਤੇ ਕੰਪਲੀਮੈਂਟ ਹੈ। ਥੈਂਕ ਯੂ ਸੋ ਮੱਚ ਤੁਹਾਡਾ। ਮੈਮ ਅੱਲੜ ਵਰੇਸ ਮੂਵੀ ਹੈ, ਫਿਲਮ ਨਾ ਇੱਦਾਂ ਲੱਗਾ ਸੀਗਾ ਪਹਿਲਾਂ ਜਦੋਂ ਪੋਸਟਰ ਆਇਆ ਸੀਗਾ ਸਾਨੂੰ ਇੱਦਾਂ ਲੱਗਾ ਕਿ ਇੱਕ ਰੋਮੈਂਟਿਕ ਫਿਲਮ ਹੈ, ਜਸਟ ਇੱਕ ਰੋਮੈਂਟਿਕ ਫਿਲਮ ਹੈ, ਬਟ ਟ੍ਰੇਲਰ ਤੋਂ ਬਾਅਦ ਬਹੁਤ ਸਾਰੇ ਇਮੋਸ਼ਨਸ ਨਿਕਲ ਕੇ ਬਾਹਰ ਆਏ। ਇੱਕ ਕੁੜੀ ਦੀ ਕਹਾਣੀ ਮੇਨ ਹਾਈਲਾਈਟ ਹੋ ਰਹੀ ਹੈ ਇਸ ਫਿਲਮ ਦੇ ਵਿੱਚ, ਇੱਕ ਅਨਾਥ ਕੁੜੀ। ਤੁਹਾਡਾ ਜੋ ਕਿਰਦਾਰ ਹੈ, ਤੁਸੀਂ ਉੱਥੇ ਉਹਨਾਂ ਨੂੰ ਸੰਭਾਲ ਰਹੇ ਹੋ, ਤੁਸੀਂ ਉਸ ਆਸ਼ਰਮ ਦਾ ਵੀ ਹਿੱਸਾ ਹੋ, ਸੋ ਸਭ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜੋ ਕਹਾਣੀ ਹੈ ਜਦੋਂ ਤੁਹਾਡੇ ਕੋਲ ਆਈ ਸੀਗੀ ਤੁਹਾਡੇ ਦਿਮਾਗ ਦੇ ਵਿੱਚ ਕੀ ਸੀਗਾ, ਕਿਹੜੀ ਉਹ ਚੀਜ਼ ਸੀਗੀ, ਵਾਜ਼ ਦੈਟ ਯੂਅਰ ਕੈਰੈਕਟਰ, ਜਾਂ ਫਿਰ ਫਿਲਮ ਦੀ ਕਹਾਣੀ ਦਾ ਕਿਹੜਾ ਐਸਪੈਕਟ ਸੀ ਜਿਹਨੇ ਤੁਹਾਨੂੰ ਅਲਾਓ ਕੀਤਾ ਕਿ ਤੁਸੀਂ ਇਸ ਫਿਲਮ ਦਾ ਹਿੱਸਾ ਬਣੋ? ਬਿਲਕੁਲ, ਜਦੋਂ ਮੈਨੂੰ ਫੋਨ ਆਇਆ ਸੀਗਾ ਸ਼ਿਵਮ ਭਾਅ ਜੀ ਦਾ, ਅਤੇ ਇਹ ਮੇਰੀ ਉਹਨਾਂ ਨਾਲ ਪਹਿਲੀ ਫਿਲਮ ਆ ਨਾ, ਅਤੇ ਮੈਂ ਉਹਨਾਂ ਨੂੰ ਨਾਮ ਉਹਨਾਂ ਦਾ ਸੁਣਿਆ ਹੋਇਆ ਸੀਗਾ ਬਟ ਉਹਨਾਂ ਨਾਲ ਪਹਿਲਾਂ ਕਦੀ ਕੰਮ ਨਹੀਂ ਕੀਤਾ ਸੀਗਾ। ਜਦੋਂ ਉਹਨਾਂ ਦੀ ਮੈਨੂੰ ਕਾਲ ਆਈ ਸੀ ਤਾਂ ਮਤਲਬ ਉਹਨਾਂ ਨੇ ਮੈਨੂੰ ਸਟੋਰੀ ਡਿਸਕ੍ਰਾਈਬ ਕੀਤੀ ਤਾਂ ਮੈਨੂੰ ਮਤਲਬ ਇੱਕ ਵਧੀਆ ਅਲੱਗ ਜਿਹਾ ਫੀਲ ਆਇਆ ਉਸ 'ਚੋਂ ਸੁਣਦੇ। ਮੇਰੀ ਇੱਕ ਚੀਜ਼ ਹੁੰਦੀ ਹੈ ਕਿ ਜਦੋਂ ਮੈਂ ਕੋਈ ਚੀਜ਼, ਕੋਈ ਕਹਾਣੀ ਸੁਣਾਉਂਦੇ ਆ, ਸਟੋਰੀ ਸੁਣਾਉਂਦੇ ਆ, ਤਾਂ ਮੈਂ ਉਹਨੂੰ ਨਾਲ ਨਾਲ ਵਿਜ਼ੂਲਾਈਜ਼ ਕਰ ਰਹੀ ਹੁੰਦੀ ਹਾਂ, ਭਾਵੇਂ ਮੈਂ ਫੋਨ 'ਤੇ ਹੁੰਦੀ ਹਾਂ, ਕੋਈ ਸੁਣਾ ਰਿਹਾ ਫੋਨ 'ਤੇ, ਅਤੇ ਮੇਰੀਆਂ ਅੱਖਾਂ ਬੰਦ ਹੁੰਦੀਆਂ, ਮੇਰਾ ਸਾਰਾ ਕੁਛ ਉਹ ਚੱਲ ਰਿਹਾ ਹੁੰਦਾ ਮੇਰੀਆਂ ਅੱਖਾਂ ਅੱਗੇ, ਅਤੇ ਮੈਂ ਉਹ ਜਿਹੜਾ ਕਰੈਕਟਰ ਮੈਨੂੰ ਕਹਿ ਰਹੇ ਹੁੰਦੇ ਕਿ ਆਹ ਵਾਲਾ ਕਰੈਕਟਰ, ਉਹ ਮੇਰਾ ਕਰੈਕਟਰ ਮੇਰੇ ਨਾਲ ਨਾਲ ਚੱਲਣ ਲੱਗ ਜਾਂਦਾ ਉਸੇ ਟਾਈਮ ਜਦੋਂ ਮੈਂ ਸੁਣ ਰਹੀ ਹੁੰਦੀ ਹਾਂ। ਕੋਈ ਇਮੋਸ਼ਨਲ ਚੀਜ਼ ਆ ਗਈ ਵਿੱਚ, ਮੇਰੇ ਨਾਲ ਦੀ ਨਾਲ ਸੁਣਦੇ ਸੁਣਦੇ ਹੰਝੂ ਵੀ ਆ ਜਾਂਦੇ ਆ, ਲਾਈਕ ਉਹ ਇੱਦਾਂ ਦਾ, ਮੈਂ ਉੱਥੋਂ ਹੀ ਜੁੜਨਾ ਸਟਾਰਟ ਹੋ ਜਾਂਦੀ ਹਾਂ। ਫਿਰ ਉਹ ਤੋਂ ਬਾਅਦ ਕੰਮ ਕਰਨਾ, ਕਰੈਕਟਰ ਫੜਨਾ,
ਔਖਾ ਨਹੀਂ ਹੁੰਦਾ, ਫਿਰ ਸੌਖਾ ਹੋ ਜਾਂਦਾ। ਅਤੇ ਜਦੋਂ ਮੈਂ ਉਹਨਾਂ ਨੂੰ ਯੈਸ ਕੀਤੀ, ਯੈਸ ਇਸ ਕਰਕੇ ਕੀਤੀ ਕਿ ਉਹ ਇੱਕ ਅਨਾਥ ਆਸ਼ਰਮ ਦੀ ਸਟੋਰੀ ਸੀਗੀ। ਮੈਨੂੰ ਲੱਗਦਾ ਜਿਹੜੇ ਇਹ ਇੱਕ ਅਨਾਥ ਬੱਚਿਆਂ ਦਾ, ਬੇਸਿਕਲੀ ਬੱਚਿਆਂ ਨਾਲ ਉਹਨਾਂ ਦੇ ਦਿਲ 'ਤੇ ਕੀ ਬੀਤਦੀ ਆ, ਉਹ ਕਿਵੇਂ ਉੱਥੇ ਆਪਣੇ ਮਾਂ ਬਾਪ ਤੋਂ ਬਿਨਾਂ ਰਹਿੰਦੀਆਂ ਨੇ, ਮਤਲਬ ਉਹ ਸਾਰਾ ਮਾਹੌਲ ਉੱਥੇ ਉਹ ਕ੍ਰੀਏਟ ਕੀਤਾ ਹੋਇਆ। ਅਤੇ ਉਹਨਾਂ ਬੱਚਿਆਂ ਨੂੰ ਸਾਂਭਣ 'ਤੇ ਮੈਂ ਵੀ ਘਰੋਂ ਕੱਢੀ ਹੋਈ ਹਾਂ, ਘਰ ਵਾਲੇ ਨੇ, ਸ਼ਰਾਬੀ ਕਬਾਬੀ ਨੇ, ਅਤੇ ਮੈਂ ਵੀ ਉੱਥੇ ਰਹਿ ਰਹੀ ਹਾਂ। ਅਤੇ ਮੈਂ ਉਹਨਾਂ ਬੱਚਿਆਂ ਨੂੰ ਆਪਣੀਆਂ ਬੱਚੀਆਂ ਸਮਝਦੀ ਹਾਂ ਕਿ ਉਹ ਮੇਰੀਆਂ ਬੱਚੀਆਂ ਨੇ, ਉਹਨਾਂ ਨਾਲ ਇੰਨਾ ਪ੍ਰੇਮ ਪਿਆਰ, ਹੈ ਨਾ, ਸਾਰਾ ਕੁਛ। ਉਹ ਇੱਕ ਘਰ ਦਾ ਮਾਹੌਲ, ਉਹਨਾਂ ਨੂੰ ਉਹਨਾਂ ਦੇ ਦੁੱਖਾਂ ਨਾਲ ਦੁੱਖ ਦੇ ਵਿੱਚ, ਸੁੱਖਾਂ ਨਾਲ ਸੁੱਖ ਦੇ ਵਿੱਚ ਸੁਖੀ, ਹੈ ਨਾ, ਉਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਨਿਰਮਲ ਰਿਸ਼ੀ ਮੈਮ ਨੇ, ਉਹ ਵੀ ਇੱਕ ਬਜ਼ੁਰਗ ਨੇ ਜਿਹੜੇ ਘਰੋਂ ਕੱਢੇ ਹੋਏ ਨੇ ਕਿਸੇ ਨੇ ਆਪਣੇ ਬੱਚਿਆਂ ਦੇ, ਅਤੇ ਉਹ ਵੀ ਉੱਥੇ ਰਹਿੰਦੇ ਨੇ। ਉਹ ਸਾਡੇ ਮਤਲਬ ਅਸੀਂ ਦਾਦੀ ਮੇਰੀ, ਮੈਂ ਸੱਸ ਵਾਂਗੂ, ਮਾਂ ਵਾਂਗੂ ਟ੍ਰੀਟ ਕਰਦੀ ਹਾਂ ਉਹਨਾਂ ਨਾਲ। ਸੋ ਸਾਡਾ ਇੱਕ ਮਾਹੌਲ ਸੀਗਾ ਉਹ ਸਾਰਾ। ਜਦੋਂ ਅਸੀਂ ਸ਼ੂਟ ਕਰਦੇ ਸੀ, ਸਾਨੂੰ ਕਦੀ ਲੱਗਦਾ ਹੀ ਨਹੀਂ ਹੁੰਦਾ ਸੀਗਾ ਕਿ ਅਸੀਂ ਇਹ ਸ਼ੂਟ ਕਰ ਰਹੇ ਹਾਂ। ਸਾਨੂੰ ਲੱਗਦਾ ਹੁੰਦਾ ਸੀ, ਮੈਂ ਤਾਂ ਆਪਣੇ ਕਰੈਕਟਰ ਨੂੰ ਇੱਦਾਂ ਹੀ ਢਾਲਿਆ ਹੋਇਆ ਸੀਗਾ ਕਿ ਮੈਂ ਤਾਂ ਇੱਥੇ ਹੀ ਰਹਿੰਦੀ ਹਾਂ, ਮੈਂ ਤਾਂ, ਮੇਰਾ ਅਨਾਥ ਆਸ਼ਰਮ ਹੈ, ਇਹਨੂੰ ਦੇਖ ਰੇਖ ਸਾਰੀ ਬੱਚਿਆਂ ਦੀ ਦੇਖ ਰੇਖ ਸਾਰੀ ਮੈਂ ਹੀ ਕਰਨੀ ਹੈ। ਸੋ ਮੈਂ ਜਦੋਂ ਅਸੀਂ ਕੁਛ ਵੀ ਕਰਦੇ ਸੀ, ਅਸੀਂ ਕੋਈ ਇਮੋਸ਼ਨਲ ਗੱਲ ਕਰਦੇ ਸੀ, ਸਾਨੂੰ ਅਸੀਂ ਕਦੀ ਗਲਿਸਰੀ ਨਹੀਂ ਪਾਈ ਸੀਗੀ, ਸਾਡੇ ਆਪਣੇ ਆਪ ਹੰਝੂ ਆ ਜਾਂਦੇ ਸੀ, ਇੰਨੇ ਕੁ ਅਸੀਂ ਇੱਕ ਦੂਜੇ ਨਾਲ ਬੌਂਡ ਹੋ ਗਏ ਸੀਗੇ। ਮਤਲਬ ਇੱਕ ਨਾ ਸੀਨ ਸੀਗਾ, ਜਾਨਵੀਰ ਨੇ ਸਾਡੇ ਨਾਲ ਕਰਨਾ ਸੀਗਾ, ਅਤੇ ਜਾਨਵੀਰ ਨੂੰ ਸੀਗਾ ਕਿ ਇਮੋਸ਼ਨਲ ਸੀਨ ਸੀਗਾ ਕਿ ਮੈਂ ਕਰ ਪਾਊਂਗੀ। ਅਤੇ ਅਸੀਂ ਜਦੋਂ ਬੈਠੇ, ਇੱਕ ਜਾਨਵੀਰ ਨੇ ਫੋਟੋ ਵੀ ਪਾਈ ਆ ਸਾਡੀ ਤਿੰਨਾਂ ਦੀ, ਰਿਸ਼ੀ ਮੈਮ, ਮੈਂ ਆ, ਅਤੇ ਜਾਨਵੀਰ ਆ। ਉਹ ਜਦੋਂ ਸੀਨ ਕੀਤਾ ਨਾ, ਤਾਂ ਮੈਂ ਜਾਨਵੀਰ ਦੇ ਸਿਰਫ ਅੱਖਾਂ 'ਚ ਦੇਖਿਆ, ਉਹ ਇੱਕ ਅੰਦਰੋਂ ਜਿਹੜੇ ਇਮੋਸ਼ਨਸ ਆਉਂਦੇ ਆ ਉਹਦੇ ਅੱਖਾਂ 'ਚ ਦੇਖਣ ਨਾਲ ਹੀ ਉਹਨੂੰ ਉਹ ਫੀਲ ਆਇਆ। ਉਹ ਕਹਿੰਦੇ, ਜਾਨਵੀਰ ਕਹਿੰਦੀ, ਮੈਮ ਮੈਨੂੰ ਤਾਂ ਐਵੇਂ ਕੁਛ ਹੋਇਆ ਸੀਗਾ ਨਾ। ਮੈਂ ਕਿਹਾ ਉਹੀ ਹੈ, ਇੰਟਰੈਕਟ ਹੈ, ਜੇ ਅਸੀਂ ਇੱਕ ਦੂਜੇ ਨਾਲ ਉਸ ਇਮੋਸ਼ਨ ਦੇ ਵਿੱਚ ਕਰਾਂਗੇ, ਜਿਵੇਂ ਆਪਾਂ ਜਿਸ ਨੂੰ ਜਿਸ ਵਾਈਬ ਨਾਲ ਦੇਖਾਂਗੇ ਉਹੀ ਵਾਈਬ ਆਊਗੀ। ਸੋ ਉਹ ਐਵੇਂ ਦਾ ਸੀਗਾ ਕਿ ਉਹ ਇੰਨਾ ਸੋਹਣਾ, ਮਤਲਬ ਉਹ ਸੀਨ ਹੋਇਆ। ਅਤੇ ਸਾਰੀ ਇੱਦਾਂ ਸੀਗੇ, ਜਿੱਥੇ ਜਿੱਥੇ ਵੀ ਹੋਇਆ, ਹੈ ਨਾ, ਇੱਕ ਵਿਦਾਈ ਵਾਲਾ ਸੀਨ ਸੀਗਾ, ਉਸ ਗਾਣਾ ਸੀਗਾ, ਵਿਦਾਈ ਹੁੰਦੀ ਆ ਕੁੜੀ ਦੀ, ਅਤੇ ਉਹਨੂੰ ਮਤਲਬ ਅਨਾਥ ਆਸ਼ਰਮ ਦੇ ਵਿੱਚੋਂ ਕੁੜੀ ਦਾ ਵਿਆਹ ਹੁੰਦਾ, ਹੈ ਨਾ, ਅਤੇ ਉਹ ਵੀ ਬਹੁਤ, ਅਸੀਂ ਇੰਨਾ ਰੋਏ ਸੀ, ਸਾਰੇ ਜਣੇ ਇੰਨਾ ਰੋਏ ਸੀ, ਰਿਸ਼ੀ ਮੈਮ ਇੰਨਾ ਰੋਏ, ਮਤਲਬ ਸਾਰੇ ਰੋਏ, ਸਾਰਾ ਸੈੱਟ ਹੀ ਰੋ ਰਿਹਾ ਸੀਗਾ। ਮਤਲਬ ਉਹ ਕੁਛ ਇੰਨਾ ਅੰਦਰੋਂ ਹੀ ਆ ਰਿਹਾ ਸੀ ਸਾਰਾ ਕੁਛ ਕਿ ਸਾਡੀ ਉਹ ਕੁੜੀ ਜਾ ਰਹੀ ਹੈ, ਸਾਨੂੰ ਲੱਗ ਰਿਹਾ ਸੀਗਾ। ਬਾਕੀ ਸਾਰਿਆਂ ਨਾਲ ਬੌਂਡ ਬਹੁਤ ਅੱਛਾ ਸੀਗਾ, ਜਿੰਨਾ ਮੇਰਾ ਤਾਂ ਜਿਹੜਾ ਸਾਰਾ ਸੀਕੁਐਂਸ ਸੀਗਾ ਉਹ ਸੀਗਾ ਅਨਾਥ ਆਸ਼ਰਮ ਵਾਲਾ ਹੀ, ਮੈਂ ਉੱਥੇ ਉੱਥੇ ਤੱਕ ਹੀ ਕੀਤਾ। ਅਤੇ ਬਾਕੀ ਜਿੰਨੇ ਜਦੋਂ ਜਿਹੜੇ ਵੀ ਆਰਟਿਸਟ ਸਾਡੇ ਕੋ ਐਕਟਰਸ ਉਹਨਾਂ ਨਾਲ ਮਿਲਦੇ ਹਾਂ, ਅਸੀਂ ਹਮੇਸ਼ਾ, ਸਾਨੂੰ ਇੱਕ ਪਰਿਵਾਰ ਲੱਗਦਾ, ਸਾਨੂੰ ਕਦੀ ਵੱਖਰਾ ਹੀ ਨਹੀਂ ਲੱਗਿਆ। ਹੁਣ ਆਪਾਂ ਅੱਜ ਸਾਰੇ ਜਣੇ ਮਿਲੇ ਹਾਂ, ਮੈਨੂੰ ਐਂ ਲੱਗ ਰਿਹਾ ਸੀ, ਮੈਂ ਸਾਰਿਆਂ ਨੂੰ ਫੜ ਫੜ ਕੇ, ਮਤਲਬ ਹੁਣ ਪੁੱਛ ਰਹੀ ਹਾਂ ਵੀ ਠੀਕ ਹੋ ਸਾਰੇ ਨਾ, ਮਤਲਬ ਤੁਸੀਂ ਵੀ ਹੋ ਸਾਰੇ, ਸਾਨੂੰ ਇਹ ਵੀ ਆਪਣਾ ਇੱਕ ਪਰਿਵਾਰ ਲੱਗਣ ਲੱਗ ਗਿਆ। ਮੈਨੂੰ ਕੋਈ ਓਪਰਾ ਨਹੀਂ ਲੱਗਦਾ, ਮੈਨੂੰ ਸਾਰੇ ਆਪਣੇ ਲੱਗਦੇ ਨੇ। ਸੋ ਇੱਦਾਂ ਹੀ ਫਿਲਮ ਦੇ ਵਿੱਚ ਵੀ ਜਦੋਂ ਜਾਂਦੇ ਹਾਂ, ਉਹ ਬੱਚਿਆਂ ਨਾਲ ਵੀ, ਉਹ ਛੋਟੀਆਂ ਬੱਚੀਆਂ ਸੀ, ਨਵੀਆਂ ਬੱਚੀਆਂ ਸੀ ਸਾਰੀਆਂ, ਉਹਨਾਂ ਨੂੰ ਬਹੁਤ ਕੰਫਰਟੇਬਲ ਕੀਤਾ, ਹੈ ਨਾ, ਵੀ ਨਹੀਂ ਆਪਾਂ ਇਕੱਠੇ ਹਾਂ, ਯੇ ਵੋ। ਇੱਕ ਮੇਰੀ ਭਤੀਜੀ, ਮੇਰੀ ਖੁਦ ਦੀ ਭਤੀਜੀ ਨੇ ਵੀ ਐਕਟ ਕੀਤਾ ਇਸ ਫਿਲਮ ਦੇ ਵਿੱਚ, ਲਾਡੋ ਦਾ ਕਰੈਕਟਰ ਸੀ, ਉਹਨੇ ਵੀ ਬਹੁਤ ਪਿਆਰ, ਮਤਲਬ ਸਾਰੇ ਬੱਚਿਆਂ ਨੇ ਬਹੁਤ ਪਿਆਰੇ ਕਰੈਕਟਰਸ ਕੀਤੇ ਨੇ। ਸੋ ਸ਼ਿਵਮ ਭਾਅ ਜੀ ਦੀ ਡਾਇਰੈਕਸ਼ਨ ਬਹੁਤ ਅੱਛੀ ਆ, ਉਹਨਾਂ ਨੇ ਸਾਨੂੰ ਅਨਕੰਫਰਟੇਬਲ ਫੀਲ ਕਰਾਇਆ ਹੀ ਨਹੀਂ, ਉਹ ਬਹੁਤ ਪਿਆਰ ਨਾਲ ਬੋਲਦੇ ਆ, ਮੈਂ ਉਹਨਾਂ ਨੂੰ ਕਦੀ ਗੁੱਸੇ ਹੁੰਦੇ ਨਹੀਂ ਦੇਖਿਆ ਹੋਇਆ ਕਦੀ ਵੀ। ਅਤੇ ਸਟੋਰੀ ਬਹੁਤ ਵਧੀਆ ਲਿਖੀ ਹੋਈ ਆ, ਸਾਰਾ ਸਭ ਬਹੁਤ ਸੋਹਣਾ, ਐਕਟ ਬਹੁਤ ਵਧੀਆ ਕੀਤਾ ਸਾਰਿਆਂ ਨੇ। ਜਾਨਵੀਰ ਦੀ ਪਹਿਲੀ ਫਿਲਮ ਆ, ਉਹਨਾਂ ਨੇ ਬਹੁਤ ਸੋਹਣਾ ਐਕਟ ਕੀਤਾ, ਬਾਕੀ ਅਰਮਾਨ ਹੋ ਗਿਆ, ਜਿੰਮੀ ਵੀਰਾ ਹੋ ਗਿਆ, ਸਭ ਦਾ ਬਹੁਤ ਸੋਹਣਾ ਕੰਮ ਹੈ।
ਜਿੱਦਾਂ ਤੁਸੀਂ ਗੱਲ ਕੀਤੀ ਕਿ ਜਦੋਂ ਸੀਨ ਕਰਦੇ ਸੀਗੇ ਤੁਸੀਂ ਇਮੋਸ਼ਨਲ ਹੋ ਜਾਂਦੇ ਸੀ, ਕੁੜੀਆਂ ਮੈਨੂੰ ਲੱਗਦਾ ਪਹਿਲੇ ਬੜੀਆਂ ਇਮੋਸ਼ਨਲ ਹੁੰਦੀਆਂ ਨੇ, ਹੈ ਨਾ, ਜਿੱਦਾਂ ਤੁਸੀਂ ਕਹਿੰਦੇ ਕਿ ਗਲਿਸਟਰਿਨ ਦੀ ਆਪਾਂ ਨੂੰ ਲੋੜ ਨਹੀਂ ਪਈ ਹੈਗੀ, ਅਤੇ ਫਿਲਮ ਦੇ ਵਿੱਚ ਵੀ ਉਹ ਜੋ ਕਿਰਦਾਰ ਹੈ ਜਾਨਵੀਰ ਦਾ ਜੋ ਅਸੀਂ ਦੇਖਿਆ, ਹੈ ਨਾ, ਉਹ ਵੀ ਕਿਉਂਕਿ ਉਹ ਅਨਾਥ ਆਸ਼ਰਮ ਦੇ ਵਿੱਚ ਹੈ, ਇੱਕ ਡਾਇਲੋਗ ਆਉਂਦਾ ਮੂਵੀ ਦੇ ਵਿੱਚ ਕਿ ਉਹ ਕਹਿੰਦੀ ਕਿ ਜੇਕਰ ਮੈਂ ਅਨਾਥ ਹਾਂ ਤਾਂ ਮੇਰੀ ਕੀ ਗਲਤੀ ਹੈ ਇਹਦੇ ਵਿੱਚ, ਹੈ ਨਾ। ਮੈਨੂੰ ਲੱਗਦਾ ਕੁੜੀਆਂ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਆਲਰੇਡੀ ਬਹੁਤ ਸਾਰੀਆਂ ਡਿਫੀਕਲਟੀਜ਼ ਫੇਸ ਕਰਨੀਆਂ ਪੈਂਦੀਆਂ ਨੇ ਕਿ ਜੇਕਰ ਕਿਤੇ ਇੱਦਾਂ ਗੱਲ ਹੁੰਦੀ ਹੈ ਨਾ ਪਿਆਰ ਮੁਹੱਬਤ ਦੀ, ਵਿਆਹ ਦੀ, ਤਾਂ ਮੁੰਡੇ ਨੂੰ ਇੰਨਾ ਜ਼ਿਆਦਾ ਜੱਜ ਨਹੀਂ ਕੀਤਾ ਜਾਂਦਾ, ਪਰ ਕੁੜੀ ਨੂੰ ਬੜੀ ਛੇਤੀ ਜੱਜ ਕਰ ਲਿਆ ਜਾਂਦਾ ਕਿ ਓਕੇ ਜੇਕਰ ਤੁਸੀਂ ਕੋਈ ਚੋਇਸ ਮੇਕ ਕਰ ਰਹੇ ਹੋ ਕਿਸੇ ਮੁੰਡੇ ਦੇ ਲਈ ਤਾਂ ਫਿਰ ਤੁਹਾਡੇ 'ਤੇ ਬਹੁਤ ਸਾਰੀਆਂ ਜੱਜਮੈਂਟਸ ਪਾਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਡੂ ਯੂ ਫੀਲ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਪੇਰੈਂਟਸ ਦੇ ਦਿਮਾਗ ਵਿੱਚ ਅੱਜ ਵੀ ਨੇ ਜੋ ਸਾਨੂੰ ਕਿਤੇ ਨਾ ਕਿਤੇ ਮੂਵੀ ਦੇ ਵਿੱਚ ਵੀ ਦੇਖਣ ਨੂੰ ਮਿਲਿਆ? ਹਾਂ, ਹੁੰਦਾ, ਬਹੁਤ ਸਾਰੀਆਂ ਚੀਜ਼ਾਂ ਨੇ ਸਿਮਰਨ, ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਮੈਂ ਨਾ ਕਈ ਵਾਰੀ ਸੋਚਦੀ ਹੁੰਦੀ ਹਾਂ ਕਿ ਔਰਤ ਹੋਣਾ, ਕੁੜੀ ਹੋਣਾ, ਕਈ ਵਾਰੀ ਐਂ ਲੱਗਦਾ ਹੁੰਦਾ ਵੀ ਕਿਉਂ ਹੋਏ, ਹੈ ਨਾ, ਕਿਉਂ ਬਣੇ। ਮਤਲਬ ਕਈ ਵਾਰੀ ਕਿਸੇ ਦੀਆਂ ਨਜ਼ਰਾਂ ਵੀ ਇੱਦਾਂ ਦੀਆਂ ਆਉਂਦੀਆਂ ਨੇ ਕਿ ਸਾਨੂੰ ਨਜ਼ਰਾਂ ਤੋਂ ਵੀ ਚਿੜ ਹੁੰਦੀ ਆ ਵੀ ਇੱਦਾਂ ਕਿਉਂ ਦੇਖਿਆ ਜਾਂ ਕੁਛ ਵੀ, ਹੈ ਨਾ। ਮਤਲਬ ਇਹ ਇੱਕ ਅਲੱਗ ਹੀ ਮਤਲਬ ਉਹ ਹੈ। ਮੈਂ ਕਿਸੇ ਦਿਨ ਫਿਰ ਆਪਾਂ ਇਹਦੇ ਬਾਰੇ ਗੱਲ ਕਰਾਂਗੇ, ਅਤੇ ਮੈਂ ਗੱਲ ਕਰਨੀ ਵੀ ਹੈ ਕੁਛ ਇੱਦਾਂ ਦੀ, ਹੈ ਨਾ, ਮੈਂ ਸੋਚਿਆ ਹੋਇਆ ਸੀਗਾ। ਅਤੇ ਇਹ ਗੱਲ, ਇਹ ਜਿਹੜੀ ਬੈਕਵਰਡ ਸੋਚ ਹੈਗੀ ਆ, ਇਹ ਬਹੁਤ ਲੋਕਾਂ ਦੀ ਹੈ। ਜੇ ਕਈ ਵਾਰੀ ਹੁਣ ਤਾਂ ਬਹੁਤ ਚੇਂਜਿਸ ਆਉਣ ਲੱਗ ਗਈਆਂ, ਹੁਣ ਤਾਂ ਬੱਚੇ ਉਹ ਬੱਚੇ ਨਹੀਂ ਰਹੇ ਜਿਹੜੇ ਪਹਿਲਾਂ ਸੀਗੇ, ਹੈ ਨਾ। ਹੁਣ ਚੇਂਜਿਸ ਆਉਣ ਲੱਗ ਗਈਆਂ, ਹੁਣ ਕਾਸਟ ਵਾਲਾ ਵੀ ਕੋਈ ਚੱਕਰ ਨਹੀਂ ਰਿਹਾ, ਹੁਣ ਕਾਸੇ ਵਾਲਾ ਵੀ ਨਹੀਂ ਚੱਕਰ ਰਿਹਾ। ਹੁਣ ਜ਼ਿਆਦਾਤਰ ਦੇਖਦੇ ਆ ਕਿ ਮੇਰਾ ਮੈਚ ਕਿਹਦੇ ਨਾਲ ਆ। ਬੱਚੇ ਅੱਜ ਕੱਲ੍ਹ ਦੇ ਇੱਦਾਂ ਹੀ ਦੇਖਦੇ ਆ ਕਿ ਮੇਰਾ ਮੈਚ ਕਿਹਦੇ ਨਾਲ, ਇਹਦੇ ਨਾਲ ਮੇਰੀ ਬਣ ਸਕਦੀ ਹੈ, ਇਹਦੇ ਨਾਲ ਮੇਰੀ ਲੰਘ ਸਕਦੀ ਹੈ। ਸੋ ਇੱਦਾਂ ਦਾ ਹੁਣ ਪੇਰੈਂਟਸ ਵੀ ਥੋੜ੍ਹੇ ਹੋ ਗਏ ਕਿ ਕੁਛ ਹੱਦ ਤੱਕ ਹੋ ਗਏ ਕਿ ਹਾਂ ਜੋ ਤੁਹਾਨੂੰ ਠੀਕ ਲੱਗਦਾ ਉਹ ਠੀਕ ਹੈ। ਅਤੇ ਮੂਵੀ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨੂੰ ਹਾਈਲਾਈਟ ਕਰਦੀ ਹੋਈ ਦਿਖਾਈ ਦੇ ਰਹੀ ਆ। ਤੁਸੀਂ ਇਸ ਚੀਜ਼ ਨਾਲ ਐਗਰੀ ਕਰਦੇ ਹੋ ਕਿ ਬੱਚੇ ਜਿਹੜੇ ਨੇ ਜੇਕਰ ਕਿਤੇ ਜਾ ਕੇ ਉਹ ਖੁਦ ਤੋਂ ਚੋਇਸ ਮੇਕ ਕਰਨਾ ਚਾਹੁਣ ਤਾਂ ਪੇਰੈਂਟਸ ਨੂੰ ਉਹਨਾਂ ਨੂੰ ਅਲਾਓ ਕਰਨਾ ਚਾਹੀਦਾ? ਹਾਂ ਬਿਲਕੁਲ। ਮੂਵੀ ਦੇ ਵਿੱਚ ਵੀ ਜਿੱਦਾਂ ਹੁਣ ਜਿਹੜਾ ਕਰੈਕਟਰ ਬੇਦਿਲ ਅਰਮਾਨ ਦੇ ਪਾਪਾ ਨੇ ਤਰਸੇਮ ਭਾਜੀ ਨੇ ਕੀਤਾ ਆ ਨਾ, ਉਹ ਇਹੀ ਦਰਸਾ ਰਿਹਾ ਕਿ ਹਾਂ ਜਿਹੜੀ ਇੱਕ ਸਟੇਟਸ ਆ, ਸਟੇਟਸ ਹੈ ਉਹ ਅਸੀਂ ਮੇਨਟੇਨ ਕਰਕੇ ਰੱਖਣਾ। ਸਾਨੂੰ ਕੀ ਪਤਾ ਜਿਹੜੀ ਅਨਾਥ ਆਸ਼ਰਮ ਦੇ ਵਿੱਚ ਕੁੜੀ ਆ ਉਹ ਕਿੱਦਾਂ ਦੀ ਆ, ਉਹ ਕੌਣ ਆ, ਉਹਦੀ ਕਾਸਟ ਕੀ ਆ, ਮਤਲਬ ਆਹ ਸਾਰੀਆਂ ਚੀਜ਼ਾਂ। ਸੋ ਇਹ ਚੱਲਦਾ ਵੀ ਹੈ ਪਰ ਹੁਣ ਕਾਫੀ ਹੱਦ ਤੱਕ ਘੱਟ ਰਿਹਾ, ਅਤੇ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਫਿਲਮ ਦੇ ਵਿੱਚ ਦਿਖਾਇਆ ਗਿਆ। ਅੱਜ ਦੇ ਟਾਈਮ ਵਿੱਚ ਤੁਸੀਂ ਕੀ ਸੋਚਦੇ ਹੋ ਕਿ ਮਤਲਬ ਇੱਕ ਲੇਡੀ ਦੇ ਵਾਸਤੇ ਸਭ ਤੋਂ ਵੱਡਾ ਚੈਲੇਂਜ ਕੀ ਹੈ ਐਜ਼ ਅ ਗਰਲ? ਤੁਹਾਨੂੰ ਕੀ ਲੱਗਦਾ ਕਿ ਕਿਹੜਾ ਚੈਲੇਂਜ ਕੁੜੀਆਂ ਜਿਹੜੀਆਂ ਨੇ ਉਹ ਫੇਸ ਕਰਦੀਆਂ ਨੇ? ਚੈਲੇਂਜ ਇਹ ਮੈਨੂੰ ਲੱਗਦਾ ਵੀ ਆਪਦੇ ਆਪ 'ਤੇ ਹੀ ਆ ਜੋ ਆਪਾਂ ਕਰਨੇ ਚਾਹੁੰਦੇ ਹਾਂ। ਮੈਨੂੰ ਤਾਂ ਕਦੇ ਕੋਈ ਇੱਦਾਂ ਦਾ ਕੁਛ ਫੀਲ ਹੋਇਆ ਨਹੀਂ। ਜੋ ਮੈਂ ਕਰਨਾ ਚਾਹੁੰਦੀ ਹੁੰਦੀ ਉਹ ਮੈਂ ਕਰਦੀ ਹਾਂ। ਜ਼ਿੱਦੀ ਵੀ ਹੈਗੀ ਹਾਂ ਮੈਂ। ਕਈ ਵਾਰੀ ਸੋਚ ਲੈਂਦੀ ਆਹ ਕੰਮ ਮੈਂ ਕਰਕੇ ਹਟਣਾ ਤਾਂ ਮੈਂ ਕਰਕੇ ਹਟਦੀ ਹਾਂ। ਸੋ ਮੈਨੂੰ ਲੱਗਦਾ ਆਪਣੀ ਜਿਹੜੀ ਜ਼ਿੱਦ ਹੈ ਕਈ ਵਾਰ ਆਪਣੇ ਲਈ ਚੰਗੀ ਵੀ ਹੁੰਦੀ ਆ। ਸੋ ਮੈਨੂੰ ਇੱਦਾਂ ਦਾ ਕੋਈ ਚੈਲੇਂਜ ਆਇਆ ਨਹੀਂ ਗਾ। ਓਕੇ, ਸੋ ਮੂਵੀ ਬਹੁਤ ਸਾਰੇ ਇਮੋਸ਼ਨਸ ਨੇ ਮੂਵੀ ਦੇ ਵਿੱਚ, ਐਂਡ ਵੀ ਹੋਪ ਕਿ ਜਿੰਨਾ ਅਸੀਂ ਟ੍ਰੇਲਰ ਤੋਂ ਨੂੰ ਦੇਖ ਕੇ ਟੀਜ਼ ਹੋਏ ਹਾਂ ਉਹੀ ਸਾਡੀਆਂ ਉਮੀਦਾਂ ਜਿਹੜੀਆਂ ਨੇ ਉਹ ਫਿਲਮ ਜ਼ਰੂਰ ਪੂਰਾ ਕਰੋਗੇ। ਤੁਸੀਂ ਬਿਮਾਰ ਸੀਗੇ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਥੈਂਕ ਯੂ ਸੋ ਮਚ। ਤੁਸੀਂ ਛੇਤੀ ਛੇਤੀ ਠੀਕ ਹੋ ਜਾਓ ਕਿਉਂਕਿ ਫਿਰ ਪ੍ਰੀਮੀਅਰ 'ਤੇ ਵੀ ਆਪਾਂ ਮਿਲਣਾ, ਅਤੇ ਬਹੁਤ ਸਾਰੀਆਂ ਗੱਲਾਂ ਇੰਟਰਵਿਊ ਦੇ ਵਿੱਚ ਵੀ ਤੁਹਾਡੇ ਨਾਲ ਅਸੀਂ ਕਰਨੀਆਂ। ਐਂਡ ਲਾਸਟ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ? ਇਹੀ ਕਹੂੰਗੀ ਕਿ ਫਿਲਮ ਜ਼ਰੂਰ ਦੇਖਿਓ, ਬਹੁਤ ਬਹੁਤ ਪਿਆਰੀ ਫਿਲਮ ਹੈ, ਅਤੇ ਕਾਫੀ ਚੀਜ਼ਾਂ ਅਸੀਂ ਇਹਦੇ ਵਿੱਚੋਂ ਸਿੱਖਾਂਗੇ, ਕਿਸੇ ਦੇ ਇਮੋਸ਼ਨਸ ਬਾਰੇ, ਕਿਸੇ ਦੇ ਪਿਆਰ ਬਾਰੇ, ਇੱਕ ਦੂਜੇ ਨਾਲ ਰਹਿਣ ਬਾਰੇ। ਸੋ ਜਿਹੜਾ ਅਨਾਥ ਆਸ਼ਰਮ ਵਾਲਾ ਸੀਕੁਐਂਸ ਆ ਉਹ ਸਾਰਾ ਇਹੀ ਹੈ ਵੀ ਅਸੀਂ ਕਿਵੇਂ ਇੱਕ ਦੂਜੇ ਦੇ ਦੁੱਖਾਂ ਸੁੱਖਾਂ ਦੇ ਵਿੱਚ ਇਕੱਠੇ ਹੁੰਦੇ ਹਾਂ।
ਥੈਂਕ ਯੂ ਸੋ ਮੱਚ ਮੈਮ, ਥੈਂਕ ਯੂ ਸੋ ਮੱਚ ਫੋਰ ਯੋਰ ਟਾਈਮ। ਸੋ ਅੱਲੜ ਵਰੀਸ 31 ਮਈ ਨੂੰ ਰਿਲੀਜ਼ ਹੋ ਰਹੀ ਹੈ ਜੀ, ਉਸ ਤੋਂ ਪਹਿਲਾਂ ਅਸੀਂ ਸਟਾਰਕਾਸਟ ਨਾਲ ਦੁਬਾਰਾ ਤੋਂ ਮਿਲਾਂਗੇ, ਗੱਲਾਂ ਬਾਤਾਂ ਕਰਾਂਗੇ, ਮੂਵੀ ਦੇ ਬਾਰੇ ਕੁਝ ਹੋਰ ਗੱਲਾਂ ਹੋਣਗੀਆਂ। ਫਿਲਹਾਲ ਟ੍ਰੇਲਰ ਜਿਹੜਾ ਹੈ ਉਹ ਲਾਂਚ ਹੋ ਚੁੱਕਾ ਹੈ, ਸੋ ਟ੍ਰੇਲਰ ਤੁਹਾਨੂੰ ਕਿੱਦਾਂ ਦਾ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਹੁਣ ਮੈਨੂੰ ਇਜਾਜ਼ਤ ਦਿਓ, ਬਾਕੀ ਦੀਆਂ ਐਂਟਰਟੇਨਮੈਂਟ ਨਾਲ ਭਰੀਆਂ ਖਬਰਾਂ ਦੇ ਲਈ ਦੇਖਦੇ ਰਹੋ ਮਾਈ ਪੰਜਾਬੀ ਟੀਵੀ।